प्यारे बच्चों सत श्री अकाल आज ਅਸੀਂ ਚੌਥੀ ਜਮਾਤ ਲਈ ਸਿੱਖਣ ਪ੍ਰਣਾਮਾ ਆਧਾਰਿਤ ਅਭਿਆਸ ਪੁਸਤਕ ਦੇ ਪੰਨਾ ਨੰਬਰ 20 ਉੱਪਰ ਦਿੱਤੀ ਗਈ ਵਰਕਸ਼ੀਟ ਨੂੰ ਹੱਲ ਕਰਾਂਗੇ ਇਸ ਉੱਪਰ ਦਿੱਤੇ ਸਵਾਲਾਂ ਦੇ ਵਿੱਚ ਤੁਹਾਨੂੰ ਚਾਰ ਉੱਤਰ ਦਿੱਤੇ ਜਾਣਗੇ ਇਹਨਾਂ ਦੇ ਵਿੱਚੋਂ ਤੁਸੀਂ ਇੱਕ ਸਹੀ ਉੱਤਰ ਦੀ ਚੋਣ ਕਰਨੀ ਹੈ ਸੋ ਆਓ ਸ਼ੁਰੂ ਕਰਦੇ ਹਾਂ ਸਵਾਲ ਇਹਨਾਂ ਨੋਟਾਂ ਨੂੰ ਮਿਲਾ ਕੇ ਕਿੰਨੀ ਰਕਮ ਬਣੇਗੀ ਸੋ ਸਾਨੂੰ ਹੇਠਾਂ ਚਾਰ ਉੱਤਰ ਦਿੱਤੇ ਗਏ ਹਨ ਇਹਨਾਂ ਵਿੱਚੋਂ ਇੱਕ ਸਹੀ ਉੱਤਰ ਦੀ ਚੋਣ ਕਰਨੀ ਹੈ ਸੋ ਪਿਆਰੇ ਬੱਚਿਓ ਇਹਨਾਂ ਨੋਟਾਂ ਨੂੰ ਮਿਲਾ ਕੇ ਕਿੰਨੀ ਰਕਮ ਬਣੇਗੀ ਆਓ ਦੇਖੀਏ ਇਹ 200 ਹੈ ਇਸ 50 ਨਾਲ ਰਕਮ ਬਣ ਗਈ 250 ਅਤੇ ਇਸ 5 ਨਾਲ ਰਾਸ਼ੀ ਬਣ ਜਾਵੇਗੀ 255 ਰੁਪਏ ਤਾਂ ਸਾਡੇ ਕੋਲ ਜੋ ਰਕਮ ਬਣਦੀ ਹੈ ਉਹ ਹੈ 255 ਜਦੋਂ ਅਸੀਂ ਪਹਿਲਾ ਉੱਤਰ ਦੇਖਦੇ ਹਾਂ ਤਾਂ ਇੱਥੇ ਸਾਨੂੰ ਪ੍ਰਾਪਤ ਹੋ ਜਾਂਦਾ ਹੈ 255 ਰੁਪਏ ਜੋ ਕਿ ਸਾਡਾ ਸਹੀ ਉੱਤਰ ਹੈ ਤਾਂ ਸਾਡਾ ਸਹੀ ਉੱਤਰ ਹੈ ਊੜਾ 255 ਰੁਪਏ ਸ਼ੁਰੂ ਕਰਦੇ ਹਾਂ ਅਗਲਾ ਸਵਾਲ ਦਿੱਤੇ ਨੋਟਾਂ ਅਤੇ ਸਿੱਕਿਆਂ ਨੂੰ ਮਿਲਾ ਕੇ ਬਣਦੀ ਰਾਸ਼ੀ ਦੱਸੋ ਸੋ ਪਿਆਰੇ ਬੱਚਿਓ ਸਾਨੂੰ ਉੱਤਰ ਹੀਠਾਂ ਦਿੱਤੇ ਗਏ ਹਨ ਇਹਨਾਂ ਵਿੱਚੋਂ ਅਸੀਂ ਇਹਨਾਂ ਨੋਟਾਂ ਅਤੇ ਸਿੱਕਿਆਂ ਦੀ ਬਣਦੀ ਰਾਸ਼ੀ ਪਤਾ ਕਰਨੀ ਹੈ ਇਹ ਰਾਸ਼ੀ 2000 ਹੈ ਅਤੇ ਇਹ 500 ਇਹ ਹੋ ਗਈ 2500 ਇਹ 20 ਰੁਪਏ 2520 ਰੁਪਏ ਅਤੇ ਇਹ 50 ਪੈਸੇ ਦੇ 6 ਸਿੱਕਿਆਂ ਦੀ ਕੀਮਤ ਹੈ ₹3 ਤਾਂ ਇਹ ਬਣ ਗਏ 2532 ਰੁਪਏ ਤਾਂ ਇਸ ਦੇ ਸਹੀ ਉੱਤਰ ਲੱਭਣ ਦੇ ਲਈ ਅਸੀਂ ਪਹਿਲਾਂ ਊੜੇ ਵੱਲ ਦੇਖਦੇ ਹਾਂ ਇੱਥੇ ਹੈ 2535 ਜੋ ਕਿ ਸਹੀ ਉੱਤਰ ਨਹੀਂ ਹੈ ਅੜਾ 2523 ਜੋ ਕਿ ਸਾਡੀ ਰਾਸ਼ੀ ਨਾਲ ਮੇਲ ਖਾਂਦਾ ਹੈ ਤਾਂ ਸਾਡਾ ਸਹੀ ਉੱਤਰ ਹੈ ਅੜਾ 2523 ਰੁਪਏ ਅਗਲਾ ਸਵਾਲ ਰਮਨ ਕੋਲ 150 ਪੈਸੀ ਉਸਨੇ 100 ਰੁਪਏ ਦੇ ਸੇਬ ਅਤੇ 20 ਰੁਪਏ ਦੇ ਕੇਲੇ ਖਰੀਦੇ ਹੁਣ ਉਸ ਕੋਲ ਕਿੰਨੇ ਰੁਪਏ ਬਚੇ ਸੋ ਪਿਆਰੇ ਬੱਚਿਓ ਸਾਨੂੰ ਉਤਰ ਹੇਠਾਂ ਦਿੱਤੇ ਗਏ ਹਨ ਅਸੀਂ ਦੇਖਣਾ ਹੈ ਕਿ ਸਾਡਾ ਸਹੀ ਉਤਰ ਕਿਹੜਾ ਹੈ ਸੋ ਪਿਆਰੇ ਬੱਚਿਓ ਰਮਨ ਕੋਲ ਇਹ 150 ਪੈਸੀ ਇਸ ਵਿੱਚੋਂ ਉਸਨੇ ਇਸ 100 ਰੁਪਏ ਦੇ ਸੇਬ ਖਰੀਦ ਲਏ ਉਸ ਕੋਲ ਹੁਣ ਜੋ ਦੂਸਰਾ ਨੋਟ ਇਹ 50 ਰੁਪਏ ਵਾਲਾ ਸੀ ਉਸ ਵਿੱਚੋਂ ਉਸਨੇ ਇਹ 20 ਰੁਪਏ ਦੇ ਕੇਲੇ ਖਰੀਦ ਲਏ ਹਨ ਹੁਣ ਉਸ ਕੋਲ ਬਾਕੀ ਰੁਪਏ ਕਿੰਨੇ ਬਚਣਗੇ 150 ਰੁਪਏ ਦੇ ਵਿੱਚੋਂ ਜਦੋਂ ਉਸਨੇ 20 ਰੁਪਏ ਦੇ ਕੇਲੇ ਖਰੀਦੇ ਤਾਂ ਪਿਆਰੇ ਬੱਚਿਓ ਉਸ ਕੋਲ ਬਚਣਗੇ 30 ਰੁਪਏ ਆਓ ਦੇਖਦੇ ਹਾਂ ਸਾਡਾ ਸਹੀ ਉੱਤਰ ਕਿਹੜਾ ਹੈ ਸਭ ਤੋਂ ਪਹਿਲਾਂ ਅਸੀਂ ਊੜਾ ਉੱਤਰ ਦੇਖਦੇ ਹਾਂ ਇੱਥੇ 40 ਰੁਪਏ ਹੈ ਜੋ ਕਿ ਸਾਡਾ ਸਹੀ ਉੱਤਰ ਨਹੀਂ ਹੈ ਅੱਗੇ ਐਡਾ ਨੂੰ ਦੇਖਦੇ ਹਾਂ ਤਾਂ ਇੱਥੇ ਜੋ ਉੱਤਰ ਦਿੱਤਾ ਹੋਇਆ ਹੈ ਉਹ ਹੈ ₹30 ਜੋ ਕਿ ਬਚੀ ਰਕਮ ਨਾਲ ਮੇਲ ਖਾਂਦਾ ਹੈ ਤਾਂ ਇਸ ਦਾ ਭਾਵ ਹੈ ਕਿ ਸਾਡਾ ਸਹੀ ਉੱਤਰ ਹੈ ਐਡਾ ₹30 ਅਗਲਾ ਸਵਾਲ ਰਮਣ ਨੇ ਆਪਣੇ ਪਾਪਾ ਨਾਲ ਬਾਜ਼ਾਰ ਵਿੱਚੋਂ ਢੇਠ ਦਿਖਾਇਆ ਗਿਆ ਸਮਾਨ ਖਰੀਦਿਆ ਇਹਠਾ ਦਿੱਤਿਆਂ ਵਿੱਚੋਂ ਉਸਦੇ ਪਾਪਾ ਨੇ ਕਿੰਨੇ ਰੁਪਏ ਖਰਚ ਕੀਤੇ ਸੋ ਪਿਆਰੇ ਬੱਚਿਓ ਅਸੀਂ ਇਹਠਾ ਲਿਖੀਆਂ ਰਕਮਾਂ ਦੇ ਵਿੱਚੋਂ ਸਹੀ ਉੱਤਰ ਦੀ ਚੋਣ ਕਰਨੀ ਹੈ ਸਭ ਤੋਂ ਪਹਿਲਾਂ ਅਸੀਂ ਖਰਚ ਕੀਤੀ ਰਾਸ਼ੀ ਨੂੰ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਉਸਨੇ 8000 ਰੁਪਏ ਕੰਪਿਊਟਰ ਤੇ ਖਰਚ ਕੀਤਾ ਹੈ ਉਸ ਤੋਂ ਬਾਅਦ ਇਹ 300 ਰੁਪਏ ਬੈਗ ਤੇ ਲਗਾ ਕੇ ਕੁੱਲ ਬਣ ਗਏ 8300 ਰੁਪਏ ਫਿਰ ਉਸਨੇ 20 ਰੁਪਏ ਡਾਇਰੀ ਤੇ ਲਾਏ ਤਾਂ ਇਹ ਬਣ ਗਏ 8320 ਰੁਪਏ ਅਤੇ 5 ਰੁਪਏ ਦਾ ਗੁਬਾਰਾ ਖਰੀਦਿਆ ਇਹ ਜੋੜ ਕੇ ਬਣ ਗਏ 8300 ਤੇ 25 ਰੁਪਏ ਹੁਣ ਅਸੀਂ ਇੱਥਾਂ ਉੱਤਰਾਂਵਲ ਦੇਖਦੇ ਹਾਂ ਤਾਂ ਊੜਾ ਜਦੋਂ ਦੇਖਦੇ ਹਾਂ ਤਾਂ ਇੱਥੇ ਸਾਨੂੰ ਲਿਖਿਆ ਮਿਲਦਾ ਹੈ 8325 ਰੁਪਏ ਜੋ ਕਿ ਸਾਡੇ ਉੱਤਰ ਨਾਲ ਮੇਲ ਖਾਂਦਾ ਹੈ ਤਾਂ ਪਿਆਰੇ ਬੱਚਿਓ ਸਾਡਾ ਸਹੀ ਉੱਤਰ ਹੈ ਊੜਾ 8000 325 ਰੁਪਏ ਸੋ ਹੁਣ ਸਮਾਂ ਹੈ ਪਿਆਰੇ ਬੱਚਿਓ ਘਰ ਦੇ ਕੰਮ ਦਾ ਇਸ ਵਰਕਸ਼ੀਟ ਦੇ 20 ਨੰਬਰ ਪੇਜ ਦੇ ਜੋ ਇਹ ਸਵਾਲ ਆਪਾਂ ਹੱਲ ਕੀਤੇ ਹਨ ਇਹਨਾਂ ਨੂੰ ਤੁਸੀਂ ਆਪਣੀਆਂ ਕਾਪੀਆਂ ਤੇ ਸੋਣਾ ਕਰਕੇ ਆਪ ਹੱਲ ਕਰਨਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ